ਪ੍ਰਤੀ ਪੰਜਾਬ ਵਿੱਚ ਵਸਦੇ ਲੋਕਾਂ ਲਈ ਕੁਝ ਨਾ ਕੁਝ ਕਰਨਾ ਚਾਹੁੰਦੇ ਹਨ। ਇਸੇ ਸੰਬੰਧ ਵਿੱਚ ਦੁਰਾਹਾ ਨੇੜਲੇ ਪਿੰਡ ਕਦੋਂ ਦੇ ਮੁੰਡੀ ਪਰਿਵਾਰ ਵੱਲੋਂ ਖੰਨਾ ਦੇ ਰੋਟਰੀ ਭਵਨ ਵਿੱਚ ਇੱਕ ਕੰਪਿਊਟਰ ਸੈਂਟਰ ਬਣਵਾਇਆ ਗਿਆ, ਜਿਸ ਦਾ ਰਸਮੀ ਉਦਘਾਟਨ ਉਹਨਾਂ ਦੀ ਮਾਤਾ ਅੰਗਰੇਜ਼ ਕੌਰ ਨੇ ਆਪਣੇ ਹੱਥੀਂ ਕੀਤਾ। ਇਸ ਮੌਕੇ ਜਿੱਥੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ, ਉੱਥੇ ਰੋਟਰੀ ਕਲੱਬ ਖੰਨਾ ਦੇ ਅਹੁਦੇਦਾਰ ਵੀ ਉਚੇਚੇ ਤੌਰ 'ਤੇ ਪੁੱਜੇ। ਇਸ ਉੱਦਮ ਲਈ ਕਲੱਬ ਦੇ ਮੈਂਬਰਾਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅਸੀਂ ਰੋਟਰੀ ਕਲੱਬ ਵੱਲੋਂ ਇੱਕ ਕੰਪਿਊਟਰ ਸੈਂਟਰ ਖੋਲ੍ਹਿਆ, ਜਿਨ੍ਹਾਂ ਦਾ ਪੂਰਾ ਯੋਗਦਾਨ ਮਾਤਾ ਜੀ ਹੈ ਇਹਨਾਂ ਕੋਲੋਂ ਅੱਜ ਉਦਘਾਟਨ ਕਰਾਇਆ। ਇਹਨਾਂ ਦੀ ਸੰਸਥਾ ਹੈ ਇੱਕ ਸੇਵਾ ਪੰਜਾਬ ਦੇ ਨਾਂ 'ਤੇ, ਮਤਲਬ ਕਦੋਂ ਦੇ ਹੈ ਇੱਥੇ, ਪਿੱਛੇ ਕਨੇਡਾ ਤੋਂ ਕਨੇਡਾ ਰਹਿੰਦੇ ਹੈ, ਕਦੋਂ ਇਹਨਾਂ ਦਾ ਪਿਛਲਾ ਪਿੰਡ ਹੈ। ਇਹਨਾਂ ਦੇ ਬੇਟੇ ਹੈ ਗੁਰਦੇਵ ਸਿੰਘ ਜੀ ਮੁੰਡੀ, ਉਹਨਾਂ ਦੀ ਬੜੀ ਇੱਛਾ ਸੀ ਵੀ ਖੰਨੇ 'ਚ ਕੋਈ ਅਸੀਂ ਭੱਲੇ ਦਾ ਕੰਮ ਕਰੀਏ, ਜਿਹਦੇ ਨਾਲ ਆਲੇ ਇਲਾਕੇ ਦੇ ਲੋਕਾਂ ਨੂੰ ਕੰਪਿਊਟਰ ਦੀ ਸਿੱਖਿਆ ਮਿਲੇ ਬੜੇ ਵਾਜਬ ਰੇਟ 'ਤੇ। ਔਰ ਸਾਡਾ ਵੀ ਇਹ ਪਰਪਸ ਹੈ ਇਹ ਸੰਸਥਾ ਨੂੰ ਚਲਾਉਣ ਦਾ, ਅਸੀਂ ਨੋ ਪ੍ਰੋਫਿਟ ਨੋ ਲੋਸ 'ਤੇ ਇਹ ਸੈਂਟਰ ਚਲਾਵਾਂਗੇ। ਕਦੋਂ ਸੇ ਇਹਨਾਂ ਰੋਟਰੀ ਕਲੱਬ ਕੋ ਚੁਣਾ, ਇਹ ਜਾਣਤੇ ਹੋਏ ਕਿ ਰੋਟਰੀ ਕਲੱਬ ਸੇਵਾ ਕੀ ਭਾਵਨਾ ਲੇਕਰ ਸੋਸ਼ਲ ਕਾਮ ਕਰ ਰਹਾ ਹੈ। ਉਨਕੀ ਮਦਰ ਮਿਸਿਸ ਅੰਗਰੇਜ਼ ਕੌਰ ਆਜ ਹਮਾਰੇ ਬੀਚ ਹੈ, ਔਰ ਵਾਤਾਵਰਣ ਕੋ ਦੇਖ ਕੇ ਉਨਕਾ ਮਨ ਬਹੁਤ ਖੁਸ਼ ਹੋ ਗਿਆ। ਹਾਂਜੀ, ਉਹਦੇ ਲਈ ਬਸ ਇਹੀ ਗੱਲ ਹੈ, ਜਿਹੜੀ ਚੀਜ਼ ਬਾਤ ਤੁਸੀਂ ਚਾਹੁੰਦੇ ਹੋ ਹੋਣੀ ਚਾਹੀਦੀ ਹੈ, ਹੁੰਦੀ ਰਹੇ। ਅਸੀਂ ਕਹਿੰਦੇ ਵੀ ਗਰੀਬਾਂ ਦੇ ਨਿਆਣੇ ਵਾਸਤੇ, ਚਾਹੇ ਅਮੀਰ ਦੇ ਨੇ ਗਰੀਬ ਦੇ ਨੇ, ਕੁਛ ਕਰਿਆ ਚਾਹੁੰਦੇ ਨੇ ਉਹਨੂੰ ਕੁਛ ਕਰਾਉਣਾ ਚਾਹੀਦਾ। ਬਸ ਇੰਨੇ ਕਹਿੰਦੇ ਹੋਏ, ਇਸ ਤਰ੍ਹਾਂ ਹਰ ਵਕਤ ਸੇਵਾ ਭਾਲਦੇ ਹਾਂ। ਇਹ ਰੋਟਰੀ ਕਲੱਬ ਨੂੰ ਹੀ ਚੁਣਨ ਦਾ ਕੀ ਉਸਨੇ? ਸਾਨੂੰ ਵਿੱਚ ਇੱਥੇ ਬੰਦੇ ਬੜੇ ਭੱਲੇ ਲੱਗੇ, ਇੱਥੇ ਸਾਡਾ ਮਨ ਟਿਕ ਗਿਆ ਕਿ ਵੀ ਇੱਥੇ ਥੋੜ੍ਹੀ ਜਿਹੀ ਸੇਵਾ ਦੇਈ ਜਾਈਏ ਤਾਂ ਕੁਛ ਤਾਂ ਉੱਦਮ ਹੋਏਗਾ ਬੱਚਿਆਂ ਨੂੰ। ਅੱਜ ਦੀਆਂ ਖਬਰਾਂ ਵਿੱਚ ਬਸ ਇੰਨਾ ਹੀ, ਅਗਲੀ ਵਾਰ ਫਿਰ ਮਿਲਾਂਗੇ। ਤਦ ਤੱਕ ਲਈ ਧਿਆਨ ਸਿੰਘ ਰੈਨੂ ਦੇ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।